ਦੋਸਤੋ ਅੱਜ ਫਿਰ ਅਸੀਂ ਸ਼ੁਰੂਆਤ ਕਰ ਰਹੇ ਹਾਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਇੱਥੋਂ ਕਰ ਰਹੇ ਹਾਂ ਕਿ ਅੱਜ ਤੁਹਾਨੂੰ ਅਸੀਂ ਦੱਸਾਂਗੇ ਜੈ ਸਾਰੇ ਪਰਮਾਤਮਾ ਦੀ ਰੱਬਾਂ ਦੀ ਜਿੰਨੇ ਵੀ ਸਾਡੇ ਈਸ਼ਵਰ ਨੇ ਦੇਵੀ ਦੇਵਤਾ ਨੇ ਭਲੀ ਕਰੇ ਸਰਕਾਰ ਆਪਣੇ ਆਪਣੇ ਗੁਰੂ ਮਹਾਰਾਜ ਕੀ ਜੈ ਦੂਜੇ ਦਿਨੀ ਲਓ ਜੀ ਅਸਾਂ ਗੱਲ ਕਰ ਰਹੇ ਹਾਂ ਅੱਜ ਤੁਹਾਨੂੰ ਦੱਸਾਂਗੇ ਵੀ ਲੋਕ ਬੈਂਕ ਤੋਂ ਲੋਨ ਲੈਂਦੇ ਨੇ ਅਤੇ ਉਸ ਤੋਂ ਬਾਅਦ ਇੱਕ ਲਿਮਿਟ ਬਣਾ ਲੈਂਦੇ ਨੇ ਇੱਕ ਲਿਮਿਟ ਹੁੰਦੀ ਆ ਇੱਕ ਬੈਂਕ ਦਾ ਲੋਨ ਹੁੰਦਾ ਅਤੇ ਫਿਰ ਬੰਦੇ ਕਹਿੰਦੇ ਆ ਜੀ ਅਸੀਂ ਬੈਂਕ ਤੋਂ ਲੋਨ ਲੈਣਾ ਹੈਗਾ ਜਾਂ ਅਸੀਂ ਲਿਮਿਟ ਬਣਾਉਣੀ ਹੈ ਕਹਿੰਦੇ ਵੀ ਲਿਆ ਤੇ ਕੋਲ ਕਿੰਨਾ ਕੁ ਮਾਲ ਆ ਜੇ ਫੈਕਟਰੀ ਆ ਲਿਮਿਟ ਬਣਾਉਣੀ ਹੈ ਤਾਂ ਤੁਹਾਡਾ ਮਾਲ ਮੂਲ ਦੇਖਦੇ ਜੀ ਤੁਹਾਡੇ ਕੋਲ ਮਾਲ ਨਹੀਂ ਹੈ ਜਾਂ ਕੁਛ ਹੋਰ ਹੈਗਾ ਤਾਂ ਤੁਹਾਡੀ ਲੋਨ ਵੇਲੇ ਇੱਕ ਘਰ ਦੀ ਰਜਿਸਟਰੀ ਹੁੰਦੀ ਆ ਇੱਕ ਘਰ ਤੁਹਾਡਾ ਹੁੰਦਾ ਕੋਠੀ ਹੁੰਦੀ ਮਕਾਨ ਹੁੰਦੀ ਫੈਕਟਰੀ ਹੁੰਦੀ ਆ ਉਹ ਬੈਂਕ ਵਾਲੇ ਲੈ ਕੇ ਅਤੇ ਪੈਸੇ ਦਿੰਦੇ ਨੇ ਵੀ ਆਵਾਜ਼ ਜ਼ਿਆਦਾ ਆ ਰਹੀ ਹੈ ਨਾ ਗੱਡੀ ਜਾ ਰਹੀ ਹੈ ਨਾ ਗੱਡੀਆਂ ਬੜੀਆਂ ਲੰਘਦੀਆਂ ਨੇ ਸਾਡੇ ਸਿਰ ਦੇ ਉੱਤੋਂ ਅਤੇ ਦਿਖਦੀ ਵੀ ਨਹੀਂ ਹੋਣੀ ਅਜੇ ਤਾਂ ਆਵਾਜ਼ ਆ ਰਹੀ ਹੈ ਜਾ ਲੈਂਦੇ ਇੱਕ ਮਿੰਟ ਆਪਾਂ ਹੋਰ ਗੱਲ ਕਰ ਲੈਂਦੇ ਇੱਧਰ ਦਿਖਾ ਦੇ ਦੁਨੀਆ ਦਿਖਾ ਦੇ ਨਾ ਆਹ ਦੁਨੀਆ ਵੇਖ ਲਓ ਪਹਿਲੇ ਉੱਧਰ ਦਿਖਾ ਦੇ ਦੁਨੀਆ ਜਦ ਤੱਕ ਟ੍ਰੇਨ ਨਿਕਲ ਜਾਊਗੀ ਇੱਕ ਅੱਧੇ ਮਿੰਟ 'ਚ ਨਿਕਲ ਜਾਂਦੀ ਹੈ ਟ੍ਰੇਨ ਚਲੀ ਗਈ ਹਾਂ ਇਹ ਲੋਨ ਦੀ ਗੱਲ ਕਰ ਰਹੇ ਸੀਗੇ ਜਿਹੜੇ ਹੁੰਦੇ ਆ ਸ਼ਾਤਰ ਦਿਮਾਗ ਜਿਹੜੇ ਬੰਦੇ ਹੁੰਦੇ ਹੈਗੇ ਆ ਉਹ ਉਹਨਾਂ ਨੂੰ ਸਾਰੇ ਤਿਕੜਮਬਾਜ਼ੀ ਪਤਾ ਹੁੰਦੀ ਹੈ ਜਿਹੜਾ ਬੰਦਾ ਫਰੋਡ ਕਰਦੇ ਨੇ ਚੀਟਿੰਗ ਕਰਦੇ ਨੇ ਉਹਨੂੰ ਪਤਾ ਹੁੰਦਾ ਵੀ ਅਸੀਂ ਇਹ ਕੰਮ ਕਰਨਾ ਹੈਗਾ ਵਾ ਚੋਰ ਨੂੰ ਪਤਾ ਹੁੰਦਾ ਚੋਰੀ ਕਰਕੇ ਨੱਠਣਾ ਅਤੇ ਬਦਮਾਸ਼ ਨੂੰ ਪਤਾ ਹੁੰਦਾ ਬਦਮਾਸ਼ੀ ਕਰਕੇ ਨੱਠਣਾ ਸਰੀਫ ਬੰਦਾ ਕਹਿੰਦਾ ਯਾਰ ਅਸਾਂ ਕਿਹੜਾ ਕੁਝ ਮਾੜਾ ਕੀਤਾ ਹੈਗਾ ਵਾ ਪਰ ਮਾੜਾ ਉਹਨਾਂ ਨਾਲ ਹੀ ਹੁੰਦਾ ਹੈਗਾ ਵਾ ਉਹਨਾਂ ਦੇ ਘਰ ਵਿਕਦੇ ਨੇ ਅਤੇ ਉਹਨਾਂ ਦੇ ਮਕਾਨ ਵਿਕਦੇ ਨੇ ਬੈਂਕ ਵਾਲੇ ਉਹਨਾਂ ਦੀ ਨਿਲਾਮੀਆਂ ਕਰਦੇ ਨੇ ਕਿਉਂਕਿ ਜਿਹੜੇ ਦੂਜੇ ਬੰਦੇ ਹੁੰਦੇ ਹੈਗੇ ਉਹ ਮਿਲਾ ਕੇ ਆਪਣਾ ਧੰਦਾ ਕਰ ਲੈਂਦੇ ਨੇ ਬੈਂਕ ਦੇ ਬੰਦਿਆਂ ਨਾਲ ਵੀ ਮਿਲ ਲੈਂਦੇ ਨੇ ਉਹ ਬੈਂਕ ਵਾਲੇ ਉਹਨੂੰ ਬਚਾਅ ਵੀ ਦਿੰਦੇ ਨੇ ਬੈਂਕ ਵਾਲੇ ਹਿੱਸਾ ਵੀ ਰੱਖ ਲੈਂਦੇ ਨੇ ਇੱਕ ਨਾ ਅਸੀਂ ਖਬਰ ਬਣਾਈ ਸੀਗੀ ਉਹਦੇ 'ਚ ਅਸੀਂ ਵੇਖਿਆ ਯਾਰ ਇੰਨਾ ਬੰਦਾ ਦੁਖੀ ਸੀ ਨਾ ਉਹ ਪੁੱਛੋ ਨਾ ਤੁਸੀਂ ਨਾਲ ਨਿੱਕੇ ਨਿੱਕੇ ਨਿਆਣੇ ਵੀ ਚਾਰ ਲਈ ਫਿਰਦਾ ਸੀਗਾ ਉਹ ਪੰਜ ਨਿਆਣੇ ਸੀ ਉਹਦੇ ਉਹ ਗੱਲ ਜਿੰਝ ਹੋਈ ਕਿ ਅਸੀਂ ਮੈਨੂੰ ਪਤਾ ਲੋਨ ਜਿਵੇਂ ਦਿੰਦੇ ਨੇ ਜਿਸ ਲਈ ਮੋਰਟਗੇਜ ਕਰਦੇ ਲੋਨ ਦਿੰਦੇ ਹੈਗੇ ਆ ਇਹ ਤੁਹਾਡੇ ਘਰ ਦੀ ਵੈਲਿਊ ਪਾਉਂਦੇ ਹੈਗੀ ਆ ਕਿੰਨੀ ਆ ਅਤੇ ਅਸੀਂ ਪਿੱਛੇ ਜੇ ਮਕਾਨ ਦੀ ਵੈਲਿਊ ਪਾਈ ਅਸੀਂ 80-90 ਲੱਖ ਦਾ ਸਾਡਾ ਸਾਰੀ ਪ੍ਰੋਪਰਟੀ ਵਗੈਰਾ ਸੀਗੀ ਅਤੇ ਜਿਹੜੇ ਇਹਨਾਂ ਦੇ ਵੈਲਿਊ ਆਉਂਦੇ ਹੈ 2 ਪ੍ਰੋਪਰਟੀਆਂ ਸੀਗੀਆਂ ਉਹ 45 ਲੱਖ ਦਾ ਮਾਲ ਆ ਤਾਂ ਉਹਦੀ 30 ਲੱਖ ਵੈਲਿਊ ਪਾਉਂਦੇ ਹੈਗੇ ਉਹ ਮਾਰਕੀਟ ਤੋਂ ਵੀ ਘੱਟ ਪਾਉਂਦੇ ਹੈਗੇ 30% ਅਤੇ ਉਸ ਤੋਂ ਬਾਅਦ 2 ਪ੍ਰੋਪਰਟੀਆਂ ਦੇ ਉਹਨੇ 60 ਲੱਖ ਪਾਤੇ 90 ਲੱਖ ਦਾ ਮਾਲ ਸੀ 60 ਲੱਖ ਉਹਨਾਂ ਨੇ ਵੈਲਿਊ ਪਾਤੀ ਉਹਦੀ ਅਤੇ ਫਿਰ ਉਸ ਤੋਂ 60 ਤੋਂ ਫਿਰ ਕਹਿੰਦੇ ਸੀ ਉਹਨੂੰ ਅੱਧਾ ਦੇਵਾਂਗੇ 30 ਲੱਖ ਦੇਵਾਂਗੇ ਜਾਣੀ ਕਿ ਉਸ ਤੋਂ ਵੀ ਅੱਧਾ ਜਾਣੀ ਕਿ 90 ਲੱਖ ਦਾ ਮਾਲ ਆ ਸਰਕਾਰ ਨੇ ਸਾਨੂੰ ਦਿੱਤਾ 30 ਲੱਖ ਰੁਪਇਆ ਬੈਂਕ ਵਾਲਿਆਂ ਨੇ 60 ਲੱਖ ਸਾਡੇ ਉੜ ਗਏ ਫਿਰ ਜਿਵੇਂ ਅਸੀਂ ਉਹ 30 ਲੱਖ ਚੱਕ ਲੈਂਦੇ ਹਾਂ ਫਿਰ ਸਾਨੂੰ 30-35 ਹਜ਼ਾਰ ਵੀ ਆਪਣਾ ਵਿਆਜ ਵੀ ਪੈਣਾ ਚਾਲੂ ਹੋ ਜਾਂਦਾ ਖੁਦਾ ਨਾ ਖਾਸਤਾ ਤੁਹਾਨੂੰ ਘਾਟਾ ਪੈ ਜਾਵੇ ਜਾਂ ਖੁਦਾ ਨਾ ਖਾਸਤਾ ਤੁਹਾਡੇ ਕੋਲ ਕਿਸ਼ਤਾਂ ਨਾ ਦਿੱਤੀਆਂ ਜਾਣ ਖੁਦਾ ਨਾ ਖਾਸਤਾ 5-4 ਕਿਸ਼ਤਾਂ ਰਹਿ ਜਾਣ ਇਹ ਲਓ ਜੀ ਤੁਹਾਡੇ ਸਿਰ 'ਤੇ ਤਲਵਾਰ ਲਟਕ ਗਈ ਫਿਰ ਬੈਂਕ ਵਾਲਿਆਂ ਦੀ ਬੈਂਕ ਵਾਲਿਆਂ ਨਾਲ ਬੰਦੇ ਮਿਲੇ ਹੁੰਦੇ ਹੈਗੇ ਆ ਜਿਹੜੇ ਕਬਜ਼ੇ ਲੈਂਦੇ ਹੈਗੇ ਆ ਉਹ ਬੈਂਕ ਵਾਲੇ ਮੈਨੇਜਰ ਨਾਲ ਸੈਟਿੰਗ ਹੋ ਜਾਂਦੀ ਆ ਜਾਂ ਬੈਂਕ ਦੇ ਸਟਾਫ ਨਾਲ ਸੈਟਿੰਗ ਹੋ ਜਾਂਦੀ ਆ ਵੀ ਆਹ ਸੌਦਾ ਚੱਕੋ ਇਹ ਇੰਨੇ ਦਾ ਸੌਦਾ 10-20% ਸਾਨੂੰ ਦੇ ਦਿਓ ਬਾਕੀ ਤੁਸੀਂ ਕਮਾਓ ਬਈ 90 ਲੱਖ ਦੇ ਮਾਲ ਦੇ ਉਹਨਾਂ ਨੇ ਸਾਨੂੰ 30 ਲੱਖ ਦਿੱਤੇ ਹੈਗੇ ਆ ਜੇ ਸਾਡੀਆਂ 30 ਲੱਖ ਦੇ ਉੱਤੇ ਉਹਨਾਂ ਨੇ ਹੋਰ ਵਿਆਜ ਪਾ ਕੇ 40-50 ਕਿਸ਼ਤਾਂ ਨਹੀਂ ਕਿਸ਼ਤਾਂ ਟੁੱਟੀਆਂ ਨਹੀਂ ਤਾਂ ਤੁਹਾਡਾ ਮਕਾਨ ਗਿਆ ਨਹੀਂ ਇਸ ਕਰਕੇ ਅੱਜ ਕੱਲ੍ਹ ਬੜਾ ਚੱਲਦਾ ਪਿਆ ਫਰਾਡ ਜਿਹੜਾ ਹੈਗਾ ਵਾ ਅਤੇ ਜਿਹੜੇ ਬੰਦੇ ਫਰਾਡੀ ਹੁੰਦੇ ਆ ਚੀਟਿੰਗ ਕਰਨ ਵਾਲੇ ਹੁੰਦੇ ਆ ਉਹ ਤਾਂ ਨਿਕਲ ਜਾਂਦੇ ਆ ਉਹ ਤਾਂ ਲੈ ਦੇ ਕੇ ਨਿਕਲ ਜਾਂਦੇ ਆ ਪਰ ਸਰੀਫ ਬੰਦਾ ਮਾਰਿਆ ਜਾਂਦਾ ਉਸਤਾਦ ਇਹ ਧਿਆਨ ਰੱਖਿਓ ਜਿਹੜਾ ਥੋੜ੍ਹਾ ਜਿਹਾ
ਹੋਰ ਵੀ ਸਾਨੂੰ ਪਰ ਬੜੀਆਂ ਗੱਲਾਂ ਪਤਾ ਨੇ, ਤੁਹਾਨੂੰ ਦੱਸਣੀਆਂ ਨਹੀਂ ਸਾਰੀਆਂ ਅਸੀਂ ਅਜੇ। ਕੋਈ ਚੈਨਲ ਸਬਸਕ੍ਰਾਈਬ ਕਰ ਦਿਓ। ਲੋਨ ਲਿਆ ਤਾਂ ਗਿਆ ਹੈ, ਜੂਆ ਕਿਸੇ ਕਾ ਨਾ ਹੁਆ, ਜਿਨ੍ਹਾਂ ਨੇ ਲਾਏ ਦੜੇ ਉਹ ਵੀ ਬੜੇ ਤੇ, ਅੱਜ ਵੀ ਬੜੇ ਤੇ ਕੱਲ੍ਹ ਵੀ ਬੜੇ ਹੈ। ਗੱਲਾਂ ਕਰਦੇ ਹਾਂ ਤੁਹਾਡੇ ਨਾਲ ਅਸੀਂ ਉਹੀ, ਹਾਂ ਆਪਾਂ ਸਿੱਧੀਆਂ ਗੱਲਾਂ ਕਰੀ ਦੀਆਂ, ਪੁੱਠੀਆਂ ਗੱਲਾਂ ਕਰਦੇ ਨਹੀਂ ਆਪਾਂ। ਲੈ ਵੈਸੇ ਤਾਂ ਅਸੀਂ ਇਹ ਗੱਲ ਖਤਮ ਕਰਨ ਲੱਗੇ ਹਾਂ ਅਤੇ ਇੱਕ ਹੋਰ ਗੱਲ ਕਰਾਂਗੇ ਤੁਹਾਡੇ ਨਾਲ।